धुंद ने दिखाया अपना कहर। नेशनल हाईवे ते 11 गड्डियां आपस से टकराइया। देखो किंज एक दूजे ऊपर चढ़े वाहन। सर्दियां शुरू होते ही धुंद ने अपना कहर दिखाना शुरू कर दिता है, जिस विच फरीदकोट अमृतसर नेशनल हाईवे ते एक वड्डा हादसा वापरिया है ते हादसा धुंद कारण वापरिया है। इस हादसे च 11 गड्डियां धुंद कारण आपस च टकरा गईयां। तस्वीरां च तुसी देख सकदे हो कि किवें एक दे उपर एक गड्डी चढ़ी हुई है ते ट्रैफिक भी पूरी तरह जाम है, लोग भी जख्मी होए दसे जा रहे ने। इस हादसे का मुख कारण धुंद ही दसिया जा रहा है। तस्वीर देख के तुसी अंदाजा लगा सकते हो कि वाहनों च सवार व्यक्तियों के हालत किहो जे होणगे। हुण आओ तुहानूं सुणाने अखी मंजर देखण वालियां दा की कहना है। मेरा नाम जगरूप सिंह है जी। ये भाई तड़के बासपती लैके चले ही गए शहर, अज बोली सी साडी दुकान ते ते आ घोड़े वाले ने पिछों ठोका ते तां करके एक्सीडेंट होया है। ये ओवरलोड करके वज्जिया जी, बड़ा ओवर सीगा ते मगरों ठोका ने जी। ट्रैक्टर वाले का कोई कसूर नहीं सीगा, सारा कसूर घोड़े वाले दा ही है जी। ਪਿੱਛੋਂ ਵੀ ਵੱਜੇ ਆ ਦੋ ਤਿੰਨ ਜੀ ਵਹੀਕਲ ਵੱਜੇ ਆ ਜੀ। ਇਹ ਟੁੱਟੀ ਪਿੰਡ ਦੇ ਸਰਪੰਚ ਨਿਰਮਲ ਸਿੰਘ ਸੰਘਾ ਦਾ ਭਤੀਜਾ ਸੀਗਾ ਜੀ ਟਰੈਕਟਰ ਵਾਲਾ, ਬੰਦਾ ਸ਼੍ਰੀ ਬਚਾ ਜੀ, ਹੁਣ ਲੈ ਕੇ ਗਏ ਮੈਡੀਕਲ 'ਚ ਜੀ। ਇਹ ਜੀ ਕਾਰਨ ਇਹੀ ਬਣਦਾ ਜੀ, ਮਗਰੋਂ ਟਰੈਕਟਰ ਟਰਾਲੀ ਭਰੀ ਸੀਗੀ ਆਪਣੇ ਝੋਨੇ ਦੀ ਬਾਸਮਤੀ ਦੀ, ਓਵਰਲੋਡ ਆਇਆ ਇਹ ਟਰੱਕ ਮਗਰੋਂ ਬੱਜਰੀ ਦਾ ਭਰਿਆ, ਪਿੱਛੋਂ ਵੱਜਿਆ ਇਹ। ਗੱਡੀਆਂ 11 ਕਾਰਾਂ ਸਣੇ ਗੱਡੀਆਂ ਕਾਰਾਂ ਮਤਲਬ ਜਿਹੜੀਆਂ ਹੋਈਆਂ 11 ਹੋਈਆਂ, ਛੋਟੇ ਮੋਟੇ ਕਾਰਨ ਆ, ਕਾਰਨ ਧੁੰਦ ਦਾ ਵਜ੍ਹਾ ਨਹੀਂ ਹੋਈਆਂ ਬਸ। ਹਾਦਸਾ ਜੀ ਇੱਕ ਨਾ ਟਰਾਲੀ ਇੱਧਰੋਂ ਆ ਰਹੀ ਸੀ ਪਿੰਡ ਢੁੱਡੀ ਦੀ ਝੋਨੇ ਵਾਲੀ, ਅਤੇ ਉਹਦੇ ਬਾਅਦ ਮੁੜ ਕੇ ਵਿੱਚ ਮਤਲਬ ਪਿੱਛੋਂ ਟਰਾਲੇ ਵਾਲਾ ਆਇਆ, ਉਹਨੇ ਟਰਾਲੇ ਵਾਲੇ ਮਾਰ ਕੇ ਅਤੇ ਟਰਾਲੀ ਦਾ ਕਰਤਾ ਨਿਸ਼ਾਨ ਅਤੇ ਟਰਾਲਾ ਵੀ ਸਰੂਜੀ ਸਾਈਡ ਛੱਡਤਾ ਜੀ। ਉਹ ਤੋਂ ਬਾਅਦ ਮੁੜ ਕੇ ਬਾਕੀ ਵਹੀਕਲ ਵਿੱਚ ਵਜ ਕੇ ਐਕਸੀਡੈਂਟ ਹੋਏ ਆ। ਵਹੀਕਲ ਜਿਹੜੇ ਮੇਰੇ ਦਾ ਆ ਗਏ ਹਿਸਾਬ 'ਚ ਹੈਗੇ ਆ 5-7 ਵਹੀਕਲ ਹੈਗੇ ਜੀ, 2 ਟਰੱਕ ਆ, 1 ਟਰੈਕਟਰ ਆ, 2 ਕਾਰਾਂ ਹੈਗੀਆਂ। ਜ਼ਖਮੀ ਹੈਗੇ ਥੋੜੇ ਜੀ, ਜ਼ਖਮੀ ਜ਼ਿਆਦਾ ਨਹੀਂ ਹੈ, ਜ਼ਿਆਦਾ ਵੱਡੀ ਕੋਈ ਨਹੀਂ ਹੋਈ। ਬਿਊਰੋ ਰਿਪੋਰਟ ਸਾਂਝ ਟੀਵੀ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9991504350।